ਇਹ ਉਹੀ ਕਿਰਪਾਨ ਆ ਜੋ ਭਾਈ ਦੀਪ ਸਿੱਧੂ ਨੇ ਉਹਦੇ ਹੱਥ ਦੇ ਵਿੱਚ ਫੜੀ ਸੀ ਤੇ ਉਹੀ ਝਾੜੂ ਆ ਜੋ ਭਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਪੰਥ ਦੇ ਨਾਲ ਖੜਨਾ ਜਾਂ ਲਾਂਗਰੀ ਬਣਨਾ, ਪੰਥ ਦੇ ਸੇਵਾਦਾਰ ਬਣਨਾ ਜਾਂ ਲਾਂਗਰੀ ਬਣਨਾ। ਤੇ ਅੱਜ ਭੰਡਾਂ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਝਾੜੂ ਫੜਾਇਆ। ਭਾਈ ਦੀਪ ਸਿੱਧੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥ ਦੇ ਨਾਲ ਖੜਾਂਗੇ, ਤੇ ਅੱਜ ਝਾੜੂ ਨੂੰ ਅੱਜ ਵੀ ਉਸੇ ਧਰਤੀ ਦੇ ਉੱਤੋਂ ਪੰਗਾਲਦੇ ਆ। ਉਹੀ ਧਰਤੀ ਆ, ਉਹੀ ਯੋਧੇ ਆ, ਉਹੀ ਜਰਨੈਲ ਆ, ਉਹੀ ਮਾਹੌਲ ਆ। ਬਸ ਘਾਟ ਮਹਿਸੂਸ ਕਰਦੇ ਆ ਭਾਈ ਦੀਪ ਸਿੱਧੂ ਵੀ ਅੱਜ। ਦਿੱਲੀ ਦੇ ਲਾਲ ਕਿਲ੍ਹੇ ਦੇ ਉੱਪਰ ਭਾਈ ਦੀਪ ਸਿੱਧੂ ਨੇ ਨਿਸ਼ਾਨ ਸਾਹਿਬ ਚਲਾਇਆ ਸੀ। ਆ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ ਸੀ, ਸਾਰਿਆਂ ਦੇ ਕਾਲਜਾਂ ਦੇ ਵਿੱਚ ਅੱਗ ਲੱਗੀ ਸੀ, ਪਰ ਉਸ ਵਕਤ ਭਾਈ ਦੀਪ ਸਿੱਧੂ ਦੇ ਨਾਲ ਕੌਣ ਖੜਾ? ਸਰਦਾਰ ਸਿਮਰਨਜੀਤ ਸਿੰਘ ਮਾਨ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਉੱਪਰ NSA ਲਾਈ ਗਈ, ਉਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਹੱਕ ਦੇ ਵਿੱਚ ਕੌਣ ਖੜਾ ਸਭ ਤੋਂ ਪਹਿਲਾਂ? ਸਰਦਾਰ ਸਿਮਰਨਜੀਤ ਸਿੰਘ ਮਾਨ। ਜਦੋਂ ਭਾਨੇ ਸਿੱਧੂ ਦੇ ਉੱਪਰ ਚੋਰੀ ਦੇ ਇਲਜ਼ਾਮ ਲਾਏ, ਉਹਦੇ ਉੱਪਰ ਝੂਠੇ ਪਰਚੇ ਪਾਏ, ਉਸ ਨੌਜਵਾਨ ਦੇ ਨਾਲ ਸਭ ਤੋਂ ਪਹਿਲਾਂ ਕੌਣ ਖੜਾ? ਸਰਦਾਰ ਸਿਮਰਨਜੀਤ ਸਿੰਘ ਮਾਨ। ਜਦੋਂ ਲੱਖੇ ਸਿਧਾਣੇ ਦੇ ਉੱਪਰ ਚਿੱਟੇ ਦਾ ਕੇਸ ਪਾਇਆ, ਉਸ ਵਕਤ ਸਭ ਤੋਂ ਪਹਿਲਾਂ ਲੱਖੇ ਸਿਧਾਣੇ ਦੇ ਨਾਲ ਕੌਣ ਖੜਾ? ਸਰਦਾਰ ਸਿਮਰਨਜੀਤ ਸਿੰਘ ਮਾਨ। ਜਿਹੜੇ ਹਰ ਵਕਤ ਨੌਜਵਾਨਾਂ ਦੇ ਨਾਲ ਖੜਦੇ ਆ, ਤੇ ਅੱਜ ਜਿਹੜਾ ਖਹਿਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਖੜਾ। ਜੋ ਖਹਿਰੇ ਦੇ ਘਰੇ ਨਰਮੇ ਕਾਲਜ ਦੇ ਪੁਲਿਸ ਆਈ ਸੀ, ਉਸ ਵਕਤ ਖਹਿਰੇ ਦੇ ਹੱਕ ਦੇ ਵਿੱਚ ਖੜਨ ਵਾਲਾ ਕੌਣ? ਸਰਦਾਰ ਸਿਮਰਨਜੀਤ ਸਿੰਘ ਮਾਨ। ਸ਼ੇਰ ਖਾਨ ਮੁਹੰਮਦ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ, ਸਿੱਖ ਕੌਮ ਨੇ ਅੱਜ ਤੱਕ ਚੇਤੇ ਰੱਖਿਆ। ਪਰ ਸਾਡੇ ਆਪਦੇ ਬੰਦੇ ਸਰਦਾਰ ਸਰਤਾਜ ਸਿੰਘ ਖਹਿਰਾ, ਜਿਹਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਂ ਦਾ ਨਾਰਾ ਮਾਰਿਆ, ਸਾਡੇ ਆਪਦੇ ਬੰਦੇ ਹੀ ਭੁੱਲੇ ਬੈਠੇ ਆ। ਉਹ ਬੰਦੇ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਇੱਜ਼ਤ ਕਰਦੇ ਆ, ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਵਾਂਗੇ। ਅੱਜ ਉਹੀ ਬੰਦੇ ਪਤਾ ਨੀ ਆਪਦੀ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਉਹ ਖੜੇ ਹੋਏ ਆ, ਪਤਾ ਨੀ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ, ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਉਲਟੋ ਖੜੇ ਨੇ।